ਅਮਰੀਕਾ 'ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਦਿਲ ਦਾ ਦੌਰਾ ਪੈਣ ਕਾਰਨ ਗੁਰਭੇਜ ਸਿੰਘ ਦੀ ਜਾਨ ਚਲੀ ਗਈ ਹੈ ਤੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਪੁੱਤ ਦੀ ਉਡੀਕ ਕਰ ਰਿਹਾ ਸੀ ਕਿ ਕਦੋਂ ਉਹਨਾਂ ਦਾ ਪੁੱਤ ਪੰਜਾਬ ਆਵੇਗਾ, ਘਰ ਆਵੇਗਾ, ਪਰ ਮਾਪਿਆਂ ਤੋਂ ਸਦਾ ਲਈ ਉਹਨਾਂ ਦਾ ਪੁੱਤ ਵਿਛੜ ਗਿਆ ਹੈ। ਜਵਾਨ ਪੁੱਤ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ 'ਚ ਹੈ। ਦੱਸਿਆ ਜਾ ਰਿਹਾ ਹੈ ਕਿ ਛੋਟਾ ਪੁੱਤਰ ਕੈਨੇਡਾ 'ਚ ਤੇ ਵੱਡਾ ਅਮਰੀਕਾ 'ਚ ਸੀ ਤੇ ਹੁਣ ਵੱਡੇ ਪੁੱਤਰ ਦੀ ਅਮਰੀਕਾ 'ਚ ਮੌਤ ਹੋ ਗਈ ਹੈ। ਮੁਕੇਰੀਆਂ ਦੇ ਪਿੰਡ ਬਰਨਾਲਾ ਦਾ ਰਹਿਣ ਵਾਲਾ 29 ਸਾਲਾ ਨੌਜਵਾਨ ਗੁਰਭੇਜ ਸਿੰਘ ਚੰਗੀ ਰੋਜ਼ੀ ਰੋਟੀ ਦੀ ਤਲਾਸ਼ ਦੇ ਵਿੱਚ 2015 'ਚ ਅਮਰੀਕਾ ਗਿਆ ਸੀ, ਪਰ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਉਹ ਕਦੇ ਵਾਪਸ ਨਹੀਂ ਆਏਗਾ। 2015 'ਚ ਗੁਰਭੇਜ ਸਿੰਘ ਵਰਕ ਪਰਮਿਟ 'ਤੇ ਅਮਰੀਕਾ ਗਿਆ ਅਤੇ ਹੁਣ ਉਹ ਕੈਲੀਫੋਰਨੀਆ 'ਚ ਰਹਿੰਦਾ ਸੀ। ਗੁਰਭੇਜ ਸਿੰਘ ਭੈਣ ਭਰਾਵਾਂ 'ਚ ਸਭ ਤੋਂ ਵੱਡਾ ਸੀ, ਪਰ ਉਸਦਾ ਕਹਿਣਾ ਸੀ ਕਿ ਉਹ ਪੱਕਾ ਹੋ ਕੇ ਹੀ ਪੰਜਾਬ ਪਰਤੇਗਾ ਅਤੇ ਉਦੋਂ ਤੱਕ ਤੁਸੀਂ ਛੋਟੇ ਦਾ ਵਿਆਹ ਕਰ ਲਓ ਅਤੇ ਮੈਂ ਆਪਣੀ ਭੈਣ ਦੇ ਵਿਆਹ 'ਚ ਜ਼ਰੂਰ ਆਵਾਂਗਾ। ਪਰ ਹੁਣ ਹੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਗੁਰਭੇਜ ਸਿੰਘ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ। ਪਰਿਵਾਰ ਦੇ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੈ ਅਤੇ ਹੁਣ ਕੈਨੇਡਾ ਤੋਂ ਛੋਟਾ ਭਰਾ ਅਮਰੀਕਾ ਗਿਆ ਏ ਅਤੇ ਇਹ ਤੈਅ ਕੀਤਾ ਜਾਵੇਗਾ ਕਿ ਕੀ ਉਸ ਦੀ ਮ੍ਰਿਤਕ ਦੇ ਪਿੰਡ ਲਿਆਂਦੀ ਜਾਵੇਗੀ, ਇੱਥੇ ਉਸ ਦਾ ਸੰਸਕਾਰ ਕੀਤਾ ਜਾਵੇਗਾ, ਜਾਂ ਫਿਰ ਅਮਰੀਕਾ ਦੇ ਵਿੱਚ ਹੀ ਅੰਤਿਮ ਰੋ ਰੀਤਾਂ ਕੀਤੀਆਂ ਜਾਣਗੀਆਂ। ਬੜਾ ਹੀ ਹੋਣਹਾਰ, ਖੁਸ਼ ਦਿਲ ਮਿਜ਼ਾਜ ਦਾ ਉਹ ਲੜਕਾ ਸੀ ਗੁਰਭੇਜ ਸਿੰਘ, ਔਰ ਇੱਕ ਵਧੀਆ ਸਕੂਲ ਦਾ ਪੜ੍ਹਿਆ ਹੋਇਆ ਬੱਚਾ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ ਵਰਕ ਪਰਮਿਟ 'ਤੇ ਅਮਰੀਕਾ ਗਿਆ ਸੀ 2015 ਦੇ ਵਿੱਚ, ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ। ਵਿੱਚ ਕਿਤੇ ਇੱਕ ਸੱਟ ਚੋਟ ਉਹਦੇ ਲੱਗ ਗਈ ਸੀ, ਪਰ ਉਹ ਸੱਟ ਚੋਟ ਤੋਂ ਵੀ ਉੱਭਰ ਆਇਆ ਸੀ ਬਾਅਦ 'ਚ। ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ, ਅਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ, ਅਤੇ ਬੜੀ ਦੁਖਦਾਈ ਘਟਨਾ ਹੋਈ ਹੈ, ਪਰਿਵਾਰ ਲਈ ਅਸਹਿਣ ਘਟਨਾ ਹੈ, ਨਹੀਂ ਸਹਿਆ ਜਾਂਦਾ। ਔਰ ਬੱਚੇ ਅਸੀਂ ਬਾਹਰ ਭੇਜਦੇ ਹਾਂ ਕਮਾਈਆਂ ਕਰਨ ਵਾਸਤੇ, ਪਰ ਜਦੋਂ ਵਾਪਸ ਨਹੀਂ ਮੁੜਦੇ ਤਾਂ ਇਹ ਬੜਾ ਵੱਡਾ ਘੱਟ ਹੈ। ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਇੱਧਰ ਰੁਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ 'ਚ ਜਾ ਕੇ ਇਹੋ ਜਿਹੀਆਂ ਨਾ ਸ਼ਿਕਾਰ ਹੋਣ ਘਟਨਾਵਾਂ ਦਾ।